ਇਹ ਸਰਦੀਆਂ ਦੇ ਤੋਹਫ਼ੇ ਨੇ। ਆਂਡਾ ਕੱਟੜੇ ਦੇ ਬਾਜ਼ਾਰ 100 ਰੁਪਏ ਦੀ ਸੇਲ ਦੇ ਵਿੱਚ ਵਿਕਦੇ, ਸਿਰਫ ਔਰ ਸਿਰਫ ਤੁਹਾਨੂੰ ਮਿਲਵੇ ਸੀ 50 ਰੁਪਏ ਦਾ। ਉਸ ਤੋਂ ਬਾਅਦ ਪ੍ਰੋਫੈਸ਼ਨਲ ਛਾਣੀ ਆਵੇ ਸੀ, ਇਹ ਜਿਹੜਾ ਤੁਸਾਂ ਘਰ ਗਿਣ, ਇਹ ਇੱਕ ਦਫ਼ਾ ਗਿਣ ਕੇ ਅਤੇ ਭੁੱਲ ਬਣੋ, ਇਹ ਐਸੀ ਸ਼ੈ ਹੈ, ਕਾਫ਼ੀ ਅੱਛੀ ਬਣੀ ਹੋਈ ਹੈ। ਇਹਨਾਂ ਦੇ ਵਿੱਚ ਦੋ ਸਾਈਜ਼ ਮੌਜੂਦ ਹਨ, ਇਹ 20 ਨੰਬਰ ਨੇ, ਇਸ 22 ਨੰਬਰ, ਇਹ ਉਹੀ ਮੈਂ ਤੁਹਾਨੂੰ ਕਹਿਣਾ। ਅੱਛਾ, ਇਹ ਜਿਹੜਾ ਨਾ ਬੈਕਿੰਗ ਬੇਕਿੰਗ ਦੇ ਵਿੱਚ ਯੂਜ਼ ਹੁੰਦਾ, ਇਹ ਦੇਖ ਕੇ ਰੈਗੂਲਰ ਹਰ ਘਰ ਦੀ ਜ਼ਰੂਰਤ ਹੈ। ਇਹ ਤੁਹਾਨੂੰ ਮਿਲ ਸੀ 500 ਅਤੇ 40 ਰੁਪਏ ਦਰਜਨ। ਡਬਲ ਜਾਲੀ ਦੇ ਵਿੱਚ ਇਹ ਅੱਛਾ ਦਿਖਵਾਉਂਦਾ ਪਿਆ, ਹਲਕਾ ਨਾ ਦਿਖਵਾਉਂਦਾ ਪਿਆ, 40-50 ਰੁਪਏ ਸੇਲ ਵਾਲਾ ਨਾ ਦਿਖਵਾਉਂਦਾ, ਚਿਮਟਾ ਆ ਗਈ ਹੈ ਫੁੱਲ ਸੇਲ ਦੇ ਵਿੱਚ, ਇਹ ਤੁਹਾਨੂੰ ਮਿਲ ਸੀ ਸਿਰਫ ਔਰ ਸਿਰਫ 80 ਰੁਪਏ ਦਾ। ਇਹ ਤੁਹਾਨੂੰ 400 ਅਤੇ 20 ਰੁਪਏ ਦਰਜਨ ਮਿਲ ਸੀ, 35 ਰੁਪਏ ਦਾ ਪੀਸ ਹੋ ਗਿਆ। ਇਹ ਕਟਰ ਹੈ, ਅਤੇ ਮੁਖਤਲਿਫ ਸ਼ੇਪ ਦੇਣ ਵਾਸਤੇ, ਬਿਸਕਿਟ ਬਣਾਉਣ ਵਾਸਤੇ, ਕਬਾਬ ਦੀ ਕੋਈ ਟਿੱਕੀ ਬਣਾਉਣ ਵਾਸਤੇ, ਆਲੂ ਪਿਲਣ ਦੇ ਵਿੱਚ ਨਾ ਕਾਫ਼ੀ ਵਰਾਇਟੀ ਆਉਂਦੀ, ਇਹ ਕੀ ਆਉਂਦਾ ਨੇ, ਇਸ ਵਿੱਚ 3-4 ਆਪਸ਼ਨ ਨੇ। ਇਹ ਬਾਜ਼ਾਰ 250 ਦੀ ਸੇਲ ਦੇ ਵਿੱਚ ਵਿਕਦੇ, ਇਹ ਤੁਹਾਨੂੰ ਮਿਲ ਗਏ ਸੀ 130 ਰੁਪਏ ਦਾ ਹੋਲਸੇਲ ਰੇਟ ਦੇ ਵਿੱਚ। ਇਹ ਹਨ ਡਿਸਪੋਜੇਬਲ, ਨਾ ਇਹ 100 ਪੀਸ ਦਾ ਪੈਕਟ, ਇਹ ਤੁਹਾਨੂੰ ਮਿਲ ਗਏ ਸੀ 200 ਰੁਪਏ ਦਾ। ਇਹ ਬਾਜ਼ਾਰ 350-350 ਦੀ ਸੇਲ ਦੇ ਵਿੱਚ ਵਿਕਦੇ, ਇਸ 100 ਪੀਸ ਹਨ, ਕਲਰ ਇਹਨਾਂ ਦੇ ਵਿੱਚ ਡਿਫਰੈਂਟ ਤੁਹਾਨੂੰ ਮਿਲ ਗਏ। ਇਹ ਤੁਹਾਨੂੰ ਮਿਲ ਗਏ ਸੀ 100 ਰੁਪਏ ਦਾ, ਇਹ ਬਾਜ਼ਾਰ 150 ਰੁਪਏ ਦੀ ਸੇਲ ਦੇ ਵਿੱਚ ਵਿਕਦੇ ਨੇ, ਕਾਫ਼ੀ ਵੱਡੀ ਛੁਰੀ ਹੈ। ਜਿਵੇਂ ਇੱਕ ਮੈਂ ਤੁਹਾਨੂੰ ਖੋਲ੍ਹ ਕੇ ਦਿਖਵਾਇਆ, ਉਸ ਤੋਂ ਬਾਅਦ ਆ ਗਈ ਹਾਂਡੀ ਕੈਚਰ, ਆਈਟਮ ਗਿਣ ਕੇ ਆ ਗਏ ਇਹ ਸਭ ਤੋਂ ਪਹਿਲੇ, ਇਹ ਦੇਖ ਸੋ, ਇਹ ਤੁਹਾਨੂੰ ਮਿਲ ਸੀ 70 ਰੁਪਏ ਦੀ, ਇਹ 100 ਰੁਪਏ ਦੀ ਸੇਲ ਦੇ ਵਿੱਚ ਵਿਕਦੀ, ਇਸ ਤੋਂ ਵੱਧ ਵੀ ਆਉਂਦੀ ਉਹ ਮੈਂ ਤੁਹਾਨੂੰ ਕਹਿੰਦਾ, 100 ਰੁਪਏ ਦੀ ਸੇਲ ਦੇ ਵਿੱਚ ਵਿਕਦੀ, ਇਹ ਤੁਹਾਨੂੰ ਮਿਲ ਸੀ 120 ਰੁਪਏ ਦਾ ਪੀਸ, 50 ਰੁਪਏ ਦਾ, ਇਸ ਨਾਲੋਂ ਵਧੀਆ ਕੁਆਲਿਟੀ ਜੀ ਅੱਛੀ, 120 ਰੁਪਏ ਦੀ, 100 ਰੁਪਏ ਦੀ ਸੇਲ, 120 ਰੁਪਏ ਦੀ ਜਾਲੀ ਪੈਕਿੰਗ ਦੇ ਵਿੱਚ ਹੁੰਦੀ ਹੈ ਵਿੱਚ, ਹਾਂਡੀ ਕੈਚਰ, ਇਹ ਗਰਮ ਗਰਮ ਹਾਂਡੀ ਚਾਉਣ ਵਾਸਤੇ ਨਾ। ਅੱਛਾ ਜਨਾਬ, ਇਹ ਅੰਡਾ ਫੈਂਟਰੀ ਆ ਗਈ, ਇਹ ਤੁਹਾਨੂੰ ਮਿਲ ਸੀ ਸਿਰਫ ਔਰ ਸਿਰਫ 30 ਰੁਪਏ ਦੀ, 100 ਰੁਪਏ ਦਾ, ਇਹ 60 ਰੁਪਏ ਦੀ ਅਤੇ 50 ਰੁਪਏ ਦੀ ਸੇਲ ਦੇ ਵਿੱਚ ਵਿਕਦੀ ਹੈ ਅੰਡਾ ਫੈਂਟਰੀ। ਇਹ ਜਨਾਬ ਆਲੂ ਮੈਸ਼ ਕਰਾਉਣ ਵਾਸਤੇ ਹੁੰਦਾ ਹੈ, ਇਹ ਅੱਛਾ ਤੁਹਾਨੂੰ ਲਿਖਵਾਉਂਦੇ ਪਏ, ਇਹ ਤੁਹਾਨੂੰ ਮਿਲ ਸੀ ਸਿਰਫ ਔਰ ਸਿਰਫ 65 ਰੁਪਏ ਦਾ, ਇਹ ਕਾਫ਼ੀ ਅੱਛੀ ਬਣੀ ਹੋਈ ਹੈ, ਵਧੀਆ ਪੀਸ ਹੈ। ਅਸਲਾਮ ਅਲੈਕਮ, ਤੁਸੀਂ ਇਹਦੇ ਪਿਆ ਤੁਹਾਡਾ ਫੇਸਬੁੱਕ ਅਤੇ ਯੂਟਿਊਬ ਚੈਨਲ ਆ ਲਜੀਜ਼ ਕਰਕਰੀ ਸਟੋਰ, ਅੱਜ ਅਸੀਂ ਤੁਹਾਡੇ ਵਾਸਤੇ ਕੋਈ ਕਿਚਨ ਆਈਟਮ ਗਿਣ ਕੇ ਆ ਗਏ ਹਾਂ ਤੁਹਾਡੇ ਕੋਲ, ਅਤੇ ਵੀਡੀਓ ਨੂੰ ਸਬਸਕ੍ਰਾਈਬ, ਚੈਨਲ ਨੂੰ ਲਾਈਕ ਜ਼ਰੂਰ ਕਰ ਦੇਵਾ। ਸਭ ਤੋਂ ਪਹਿਲੇ ਅਸੀਂ ਤੁਹਾਨੂੰ ਦੇਖਵਾਉਂਦੇ ਪਏ ਪੌਣਾ, ਇਹ ਦੇਖੋ, ਇਹ ਡਬਲ ਜਾਲੀ ਦੇ ਵਿੱਚ ਇਹ ਅੱਛਾ ਦਿਖਵਾਉਂਦੇ ਪਏ, ਹਲਕਾ ਨਾ ਦਿਖਵਾਉਂਦੇ ਪਏ, 40-50 ਰੁਪਏ ਸੇਲ ਵਾਲਾ ਨਾ ਦਿਖਵਾਉਂਦੇ ਪਏ, ਅੱਛੇ ਪੌਣ ਪੌਣੇ ਦਿਖਵਾਉਂਦੇ ਪਏ, ਇਹ ਡਬਲ ਜਾਲੀ ਦੇ ਵਿੱਚ ਇਹ ਬੜਾ ਮਜ਼ਬੂਤ ਹੈ, ਇਹ ਤੁਹਾਨੂੰ ਮਿਲ ਵੀ ਸੀ ਸਿਰਫ ਔਰ ਸਿਰਫ 75 ਰੁਪਏ ਦਾ, ਇਹ ਬਾਜ਼ਾਰ 150 ਅਤੇ 100 ਰੁਪਏ ਦੀ ਸੇਲ ਦੇ ਵਿੱਚ ਵਿਕਦੇ। ਅੱਛਾ, ਇਸ ਤਰ੍ਹਾਂ ਸਾਈਜ਼ ਨੇ, ਛੋਟਾ ਹੈ, ਇਸ ਤੋਂ ਵਧੀਆ ਮੈਂ ਤੁਹਾਨੂੰ ਕਹਿੰਦਾ, ਇਹ ਆ ਗਈ ਇਸ ਤੋਂ ਵਧੀਆ, ਅਤੇ ਇਹ ਦੇਖੋ, ਇਹ ਮਿਲ ਸੀ ਤੁਹਾਨੂੰ 90 ਰੁਪਏ ਦਾ, 90 ਰੁਪਏ ਦਾ ਮਿਲ ਸੀ ਡਬਲ ਜਾਲੀ ਦੇ ਵਿੱਚ, ਇਹ ਇਸ ਤੋਂ ਨਾਲੋਂ ਵਧੀਆ। ਅੱਛਾ ਜੀ, ਇਸ ਤੋਂ ਵਧੀਆ ਹੀ ਆ ਗਏ ਸੀ, ਇਹ ਡਬਲ ਜਾਲੀ ਵਾਲਾ, ਇਹ ਇਸ ਤੋਂ ਵਧਿਆ ਨੇ, ਇਹ ਮਿਲ ਸੀ ਤੁਹਾਨੂੰ 100 ਅਤੇ 100 ਰੁਪਏ ਦਾ, 100-100 ਰੁਪਏ ਦਾ ਮਿਲ ਸੀ। ਅੱਛਾ ਜੀ, ਪੌਣਾ ਦੀਆਂ ਵਰਾਇਟੀ ਤੁਹਾਨੂੰ ਲਿਖਾ ਛੋੜੀ ਹੈ, ਉਸ ਤੋਂ ਬਾਅਦ ਆਵੇ ਸੀ ਇਹ ਪਾਓ, ਇਹ ਮੀਡੀਅਮ ਸਾਈਜ਼ ਦੇ ਵਿੱਚ, ਇਹ ਤੁਹਾਨੂੰ ਮਿਲ ਸੀ ਸਿਰਫ ਸਿਰਫ 100 ਅਤੇ 5 ਰੁਪਏ ਦਾ, 100-5 ਰੁਪਏ ਦਾ ਮਿਲ ਸੀ ਇਹ। ਇਸ ਤੋਂ ਬਾਅਦ ਦੂਜਾ ਪਾ ਦੇਖਣਾ ਮੈਂ ਤੁਹਾਨੂੰ, ਇਹ ਛੋਟਾ, ਇਹ ਦੇਖੋ, ਇਹ ਤੁਹਾਨੂੰ ਮਿਲ ਸੀ ਸਿਰਫ ਔਰ ਸਿਰਫ 65 ਰੁਪਏ ਦਾ, ਇਹ ਤੁਹਾਨੂੰ ਚਮਚੀ ਵੀ ਮਿਲ ਗਈ ਸੀ ਇਸੇ ਉਹਦੇ ਵਿੱਚ ਨਾ, ਡਿਜ਼ਾਇਨ ਦੇ ਵਿੱਚ, ਉਹ ਹੀ ਮੈਂ ਤੁਹਾਨੂੰ ਲਿਖਾਂਗਾ, ਇਹ ਦੇਖੋ, ਇਹ ਤੁਹਾਨੂੰ 65 ਰੁਪਏ ਦੀ ਮਿਲ ਗਈ ਸੀ।
ਤੇ 100 ਰੁਪਏ ਦੀ ਸੇਲ ਦੇ ਵਿੱਚ ਵਿਕਾਉਣ ਵਾਲਾ ਆਈਟਮ ਹੈ ਜੀ। ਅੱਛਾ ਜੀ, ਉਸ ਤੋਂ ਬਾਅਦ ਅਸਾਂ ਤੁਹਾਡੇ ਕੋਲ ਤਾਂ ਇਹ ਜਨਾਬ ਆਲੂ ਮੈਸ਼ ਕਰਨ ਵਾਸਤੇ ਹੁੰਦਾ ਹੈ ਇਹ। ਅੱਛਾ, ਅਸਾਂ ਤੁਹਾਡੇ ਕੋਲ ਕਹਿੰਦੇ ਪਏ ਇਹ ਤੁਹਾਨੂੰ ਮਿਲ ਸੀ 130 ਰੁਪਏ ਦਾ, 130 ਰੁਪਏ ਦਾ ਮਿਲ ਸੀ ਇਹ ਬਾਜ਼ਾਰ 'ਚ, ਰਹਿੰਦਾ 200 ਰੁਪਏ ਦੀ ਸੇਲ ਦੇ ਵਿੱਚ ਵਿਕਦਾ। ਅੱਛਾ ਜਨਾਬ, ਇਹ ਅੰਡਾ ਫੈਂਟਰੀ ਆ ਗਿਆ ਜੀ, ਇਹ ਤੁਹਾਨੂੰ ਮਿਲ ਸੀ ਸਿਰਫ ਔਰ ਸਿਰਫ 30 ਰੁਪਏ ਦੀ, ਇਹ 60 ਰੁਪਏ ਦੀ ਅਤੇ 50 ਰੁਪਏ ਦੀ ਸੇਲ ਦੇ ਵਿੱਚ ਵਿਕਦੀ ਹੈ ਅੰਡਾ ਫੈਂਟਰੀ ਇਸ ਨੂੰ। ਅੱਛਾ ਜੀ, ਇਸ ਤੋਂ ਬਾਅਦ ਇਸ ਤੋਂ ਥੋੜ੍ਹੀ ਕੁਝ ਅੱਛੀ ਆਵੇ ਸੀ, ਇਹ ਤੁਹਾਨੂੰ ਮਿਲ ਸੀ 50 ਰੁਪਏ ਦੀ, ਸ਼ਾਇਦ ਇਹ ਵਧੀਆ ਅਤੇ ਕੁਆਲਿਟੀ ਸੀ ਉਸ ਨਾਲੋਂ ਅੱਛੀ, ਇਹ ਤੁਹਾਨੂੰ 50 ਦੀ ਮਿਲ ਸੀ, ਇਹ ਬਾਜ਼ਾਰ 150 ਰੁਪਏ ਦੀ ਸੇਲ ਦੇ ਵਿੱਚ ਵਿਕਦੀ। ਉਸ ਤੋਂ ਬਾਅਦ ਇਹ ਇੱਕ ਦੇ ਗਏ ਮਿਲ ਸੀ ਸਿਰਫ ਔਰ ਸਿਰਫ 120 ਰੁਪਏ ਦਾ, 120 ਰੁਪਏ ਦਾ ਹੋਲਸੇਲ ਰੇਟ ਦੇ ਵਿੱਚ। ਅੱਛਾ ਜੀ, ਉਸ ਤੋਂ ਬਾਅਦ ਚਿਮਟਾ ਆ ਗਈ ਫੁੱਲ ਸਾਈਜ਼ ਦੇ ਵਿੱਚ, ਇਹ ਤੁਹਾਨੂੰ ਮਿਲ ਸੀ ਸਿਰਫ ਔਰ ਸਿਰਫ 80 ਰੁਪਏ ਦਾ, 80 ਰੁਪਏ ਦਾ। ਅੱਛਾ ਜਨਾਬ, ਇਹ ਚਿਮਟਾ ਤੁਹਾਨੂੰ ਮਿਲ ਗਿਆ ਸੀ 65 ਰੁਪਏ ਦਾ, 65 ਰੁਪਏ ਦਾ ਇਹ ਚਿਮਟਾ ਤੁਹਾਨੂੰ ਮਿਲ ਗਿਆ ਸੀ ਫੁੱਲ ਸਾਈਜ਼ ਦੇ ਵਿੱਚ। ਉਸ ਤੋਂ ਬਾਅਦ ਇਹ ਆ ਗਈ ਆ ਪੇਵਰ ਸਟੀਲ ਦੇ ਵਿੱਚ, ਇਹ ਤੁਹਾਨੂੰ ਮਿਲ ਸੀ 120 ਰੁਪਏ ਦਾ, ਇਹ ਨੇ ਨਾਨ ਮੈਗਨੇਟ ਨਾ, 120 ਰੁਪਏ ਦਾ ਫੁੱਲ ਸਾਈਜ਼ ਦੇ ਵਿੱਚ। ਉਸ ਤੋਂ ਬਾਅਦ ਆ ਗਈ ਆ ਹਾਂਡੀ ਕੈਚਰ, ਇਹ ਤੁਹਾਨੂੰ ਮਿਲ ਸੀ 130 ਰੁਪਏ ਦਾ, 130 ਰੁਪਏ ਦਾ, ਬੜਾ ਮਜ਼ਬੂਤ ਹੈ ਲੋਹੇ ਦੇ ਵਿੱਚ ਹਾਂਡੀ ਕੈਚਰ, ਇਹ ਗਰਮ ਗਰਮ ਹਾਂਡੀ ਚਾਉਣ ਵਾਸਤੇ ਨਾ। ਉਸ ਤੋਂ ਬਾਅਦ ਮੈਂ ਤੁਹਾਨੂੰ ਛੁਰੀ ਦੀ ਵਰਾਇਟੀ ਦਿਖਾਉਣਾ, ਸਭ ਤੋਂ ਪਹਿਲੇ ਫਰੂਟ ਵਾਲੀ ਛੁਰੀ ਦੇਖੋ, ਸਾਂ ਛੋਟੀ ਤੁਹਾਨੂੰ ਇਹ ਤੁਹਾਨੂੰ 420 ਰੁਪਏ ਦਰਜਨ ਮਿਲ ਸੀ, 35 ਰੁਪਏ ਦਾ ਪੀਸ ਹੋ ਸੀ, 35 ਰੁਪਏ ਦਾ ਇਹ ਤੁਹਾਨੂੰ। ਉਸ ਤੋਂ ਬਾਅਦ ਆ ਗਏ ਸੀ ਜਨਾਬ ਇਹ ਛੁਰੀ, ਇਹ ਸਬਜ਼ੀ ਵਾਸਤੇ ਜੂਸ ਦਿੰਦੀ ਹੈ ਫਰੂਟ ਵਾਸਤੇ, ਇਹ ਤੁਹਾਨੂੰ ਮਿਲ ਸੀ 75 ਰੁਪਏ ਦੀ, 75 ਰੁਪਏ ਦੀ ਇਹ ਛੁਰੀ ਤੁਹਾਨੂੰ ਮਿਲ ਗਈ ਸੀ। ਉਸ ਤੋਂ ਬਾਅਦ ਆ ਗਈ ਉਸ ਤੋਂ ਥੋੜ੍ਹੀ ਕੁਝ ਅੱਛੀ, ਇਹ ਤੁਹਾਨੂੰ ਮਿਲ ਸੀ 50 ਰੁਪਏ ਦੀ, ਇਹ 70 85 ਦੇ ਜਿਹੜੀਆਂ ਅਤੇ ਦਸਾਂਦਾ ਪਈਆਂ, ਇਹ 100 ਅਤੇ 150 ਰੁਪਏ ਦੀ ਸੇਲ ਦੇ ਵਿੱਚ ਵਿਕਦੇ ਆ। ਅੱਛਾ ਜੀ, ਉਸ ਤੋਂ ਬਾਅਦ ਇੱਕ ਇਹ ਛੁਰੀ ਨੂੰ, ਇਹ ਤੁਹਾਨੂੰ ਮਿਲ ਸੀ ਸਿਰਫ ਔਰ ਸਿਰਫ 100 ਰੁਪਏ ਦੀ, 100 ਰੁਪਏ ਦੀ ਮਿਲ ਸੀ ਹੋਲਸੇਲ ਰੇਟ ਦੇ ਵਿੱਚ, ਬੜੀ ਮਜ਼ਬੂਤ ਹੈ ਛੁਰੀ ਅਤੇ ਅੱਛੀ ਚੱਲਦੀ ਪਈ। ਉਸ ਤੋਂ ਬਾਅਦ ਆਵੇ ਸੀ ਇਹ ਫੁੱਲ ਸਾਈਜ਼ ਦੇ ਵਿੱਚ, ਬੜੀ ਮਜ਼ਬੂਤ ਹੈ ਅਤੇ ਬੜੀ ਸ਼ਾਈਨਿੰਗ ਵਾਲੀ ਛੁਰੀ ਹੈ, ਇਹ ਤੁਹਾਨੂੰ ਮਿਲ ਸੀ 180 ਰੁਪਏ ਦੀ, ਇਹ 300 ਦੀ ਸੇਲ ਦੇ ਵਿੱਚ ਵਿਕਦੀ, 300 ਅਤੇ 250 ਦੀ ਸੇਲ ਦੇ ਵਿੱਚ ਵਿਕਦੀ, 180 ਰੁਪਏ ਦੀ। ਅੱਛਾ ਜੀ, ਉਸ ਤੋਂ ਬਾਅਦ ਸ਼ਾਵਰ ਦੇਖਣਾ, ਇਹ ਬੜਾ ਯੂਸ ਹੋਣ ਵਾਲਾ ਆਈਟਮ ਹੈ, ਰੈਗੂਲਰ ਹਰ ਘਰ ਦੀ ਜ਼ਰੂਰਤ ਹੈ, ਇਹ ਤੁਹਾਨੂੰ ਮਿਲ ਸੀ 540 ਰੁਪਏ ਦਰਜਨ, 540 ਰੁਪਏ ਦਰਜਨ ਮਿਲ ਸੀ, ਤਕਰੀਬਨ 45 ਰੁਪਏ ਦਾ ਨਾ ਪੀਸ ਪੋ ਸੀ। ਅੱਛਾ, ਇਹਦੇ ਵਿੱਚ ਇਸ ਤੋਂ ਛੋਟਾ ਆਉਂਦਾ ਹੈ, ਇਹ ਤੁਹਾਨੂੰ ਮਿਲ ਸੀ 420 ਰੁਪਏ ਦਰਜਨ, 35 ਰੁਪਏ ਦਾ, ਇਹ ਦੋਹਾਂ ਜਿਹੜਾ ਨਾ 100 ਅਤੇ 80 ਰੁਪਏ ਦੀ ਸੇਲ ਦੇ ਵਿੱਚ ਵਿਕਦੇ। ਉਸ ਤੋਂ ਬਾਅਦ ਆਵੇ ਸਾਨੂੰ ਆਪਣਾ ਫੁੱਲ ਸਾਈਜ਼ ਦੇ ਵਿੱਚ, ਇਹ ਪਲਟਾ ਦੇਖਦੇ, ਇਹ ਫੁੱਲ ਸਾਈਜ਼ ਦੇ ਵਿੱਚ ਇਹ ਤੁਹਾਨੂੰ ਮਿਲ ਸੀ 150 ਰੁਪਏ ਦਾ, ਇਹ 250 ਅਤੇ 200 ਰੁਪਏ ਦੀ ਸੇਲ ਦੇ ਵਿੱਚ ਵਿਕਦਾ, 150 ਰੁਪਏ ਦਾ ਤੁਹਾਨੂੰ ਮਿਲ ਗਿਆ ਸੀ। ਉਹਦੇ ਵਿੱਚ ਇਹ ਪਾਓ ਆਵੇ ਸੀ, ਚਮਚੀ ਵੀ ਆਵੇ ਸੀ, ਇਹਨਾਂ ਦਾ ਸਾਰਿਆਂ ਦਾ ਇੱਕ ਰੇਟ ਹੈ 150 ਰੁਪਏ। ਇਹ ਆਪਣਾ ਫੁੱਲ ਸਾਈਜ਼ ਦੇ ਵਿੱਚ ਹੈ ਅਤੇ ਇਹ ਤੁਹਾਨੂੰ ਮਿਲ ਸੀ 150 ਰੁਪਏ ਦਾ, ਇਸ ਚਮਚੀ ਵੀ ਤੁਹਾਨੂੰ ਮਿਲ ਗਈ ਸੀ। ਅੱਛਾ ਜੀ, ਉਸ ਤੋਂ ਬਾਅਦ ਇਹ ਦੇਖ ਲਓ, ਇਹ ਪਾਵਾ
ਇਹ ਲੱਕੜੀ ਦੀ ਉਸਦੇ ਵਿੱਚ ਇਹ ਅਤੇ ਇਹ ਬੜਾ ਮਜ਼ਬੂਤ ਹੈ, ਇਹ ਤੁਹਾਨੂੰ ਮਿਲ ਸੀ 180 ਰੁਪਏ ਦਾ, 180 ਰੁਪਏ ਦਾ ਇਹ 250 ਅਤੇ 300 ਦੀ ਸੇਲ ਦੇ ਵਿੱਚ ਵਿਕ ਜਾਣੇ। ਉਸ ਤੋਂ ਬਾਅਦ ਇਹ ਚਮਚੀ ਦੇਖ ਲੈਣਾ, ਇਹ ਲੱਕੜੀ ਦੇ ਵਿੱਚ ਇਹਨੇ ਚਮਚੀ ਹੈ, ਲੱਕੜੀ ਦੇ ਹੈਂਡਲ ਵਿੱਚ ਬੜੀ ਭਾਰੀ ਹੈ, ਲੋਹੇ ਦੇ ਵਿੱਚ ਨਾ ਚੰਗੀ ਭਾਰੀ ਹੈ, ਇਹ ਤੁਹਾਨੂੰ ਮਿਲ ਸੀ 180 ਰੁਪਏ ਦੀ, ਇਹ 250 ਅਤੇ 300 ਦੀ ਸੇਲ ਦੇ ਵਿੱਚ ਵਿਕ ਜਾਣੇ। ਉਸ ਤੋਂ ਬਾਅਦ ਇਹ ਕੜਛੀ ਦੀ ਵਰਾਇਟੀ, ਇਹ ਤੁਹਾਨੂੰ ਮਿਲ ਸੀ 150 ਰੁਪਏ ਦੀ, 150 ਰੁਪਏ ਦੀ ਹੋਲਸੇਲ ਰੇਟ ਵਿੱਚ, 200 ਅਤੇ 250 ਦੀ ਸੇਲ ਵਿੱਚ ਵਿਕ ਗਈ। ਅੱਛਾ ਜੀ, ਉਸ ਤੋਂ ਬਾਅਦ ਲੱਕੜੀ ਦੀ ਤੁਹਾਨੂੰ ਕੋਈ ਚਮਚੀ ਦਿਖਾ ਰਹੇ ਨੇ, ਇਹ ਦੇਖੋ, ਇਹ ਤੁਹਾਨੂੰ ਮਿਲ ਸੀ 70 ਰੁਪਏ ਦੀ, ਇਹ 100 ਰੁਪਏ ਦੀ ਸੇਲ ਵਿੱਚ ਵਿਕ ਗਈ, ਇਸ ਤੋਂ ਵਧੀ ਵੀ ਆਉਂਦੀ ਉਹ ਮੈਂ ਤੁਹਾਨੂੰ ਕਹਿਣਾ। ਇਹ ਤੁਹਾਨੂੰ ਮਿਲ ਸੀ 120 ਰੁਪਏ ਦਾ ਪੀਸ, ਇਸ ਨਾਲ ਵਧੀ ਕੁਆਲਿਟੀ 'ਚ ਅੱਛੀ, 120 ਰੁਪਏ ਦੀ, 120 ਰੁਪਏ ਦੀ ਜਾਲੀ ਪੈਕਿੰਗ ਦੇ ਵਿੱਚ ਹੋਤੀ, ਫਿਲਹਾਲ ਮੈਂ ਤੁਹਾਨੂੰ ਕੋਲ ਕਰੀ ਕਹਿੰਦਾ ਪਈ ਹਾਂ। ਅੱਛਾ ਜੀ, ਉਸ ਤੋਂ ਬਾਅਦ ਇਹ ਜਗ੍ਹਾ ਆਵੇ ਸੀ, ਇਹ ਤੁਹਾਨੂੰ ਮਿਲ ਸੀ 80 ਰੁਪਏ ਦਾ, 80 ਰੁਪਏ ਦਾ 100-150 ਦੀ ਸੇਲ ਦੇ ਵਿੱਚ ਵੇਚਦੇ। ਅੱਛਾ ਜੀ, ਉਸ ਤੋਂ ਬਾਅਦ ਇਹ ਆਵੇ ਸੀ, ਇਹ ਦਾਲ ਮੱਢਣਾ, ਇਸ ਨੂੰ ਆਦੇ ਕਾਰੀ ਜ਼ਬਾਨ ਕੀ ਆਦੇ ਨੇ, ਕਮੈਂਟ ਵਿੱਚ ਤੁਹਾਨੂੰ ਦੱਸਣਾ, ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਜ਼ਰੂਰ ਕੀਤਾ ਕਰੋ, ਇਹ ਤੁਹਾਨੂੰ ਮਿਲ ਸੀ 70 ਰੁਪਏ ਦਾ, 70 ਰੁਪਏ ਦਾ। ਉਸ ਤੋਂ ਬਾਅਦ ਇਹ ਮੱਲਣਾ ਆਵੇ ਸੀ, ਇਹ ਮੀਡੀਅਮ ਸਾਈਜ਼ ਦੇ ਵਿੱਚ, ਇਹ ਨਾਰਮਲ ਹੈ, ਇਹ ਤੁਹਾਨੂੰ ਮਿਲ ਸੀ 120 ਰੁਪਏ ਦਾ, 120 ਰੁਪਏ ਦਾ। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਜ਼ਰੂਰ ਕੀਤਾ ਕਰੋ, ਕਮੈਂਟ ਜ਼ਰੂਰ ਕੀਤਾ ਕਰੋ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਅੱਜ ਤੁਹਾਡੇ ਵਾਸਤੇ ਕੋਈ ਕਿਚਨ ਆਈਟਮ ਗਿਣ ਕੇ ਆ ਗਏ ਹਾਂ। ਸਭ ਤੋਂ ਪਹਿਲੇ ਇਹ ਦੇਖੋ, ਇਹ ਸਰਦੀਆਂ ਦੇ ਤੋਹਫੇ ਨੇ, ਆਂਡਾ ਕਟਰ ਹੈ, ਇਹ ਬਾਜ਼ਾਰ 100 ਰੁਪਏ ਦੀ ਸੇਲ ਦੇ ਵਿੱਚ ਵਿਕਦੇ, ਸਿਰਫ ਔਰ ਸਿਰਫ ਤੁਹਾਨੂੰ ਮਿਲਵੇ ਸੀ 50 ਰੁਪਏ ਦਾ, 50 ਰੁਪਏ ਦਾ ਮਿਲ ਸੀ 600 ਰੁਪਏ ਦਰਜਨ, 100 ਰੁਪਏ ਦੀ ਸੇਲ ਦੇ ਵਿੱਚ ਵਿਕਦੇ ਨੇ, ਕਲਰ ਇਹਨਾਂ ਦੇ ਵਿੱਚ ਮੁਫਤਲਿਕ ਤੁਹਾਨੂੰ ਮਿਲਵੇ ਸਨ। ਅੱਛਾ ਜੀ, ਉਸ ਤੋਂ ਬਾਅਦ ਆਵੇ ਸਨ ਆਲੂ ਪਿਲਰ, ਇਹ ਦੇਖੋ, ਇਹ ਬਾਜ਼ਾਰ 150 ਦੀ ਸੇਲ ਦੇ ਵਿੱਚ ਵਿਕਦੇ, ਸਿਰਫ ਔਰ ਸਿਰਫ ਤੁਹਾਨੂੰ ਮਿਲਵੇ ਸੀ 100 ਰੁਪਏ ਦਾ। ਉਸ ਤੋਂ ਬਾਅਦ ਇੱਕ ਇਹ ਆਲੂ ਪਿਲਰ ਆਵੇ ਸਨ, ਇਹ ਤੁਹਾਨੂੰ ਮਿਲਵੇ ਸੀ 100 ਰੁਪਏ ਦਾ, ਇਹ ਬਾਜ਼ਾਰ 150 ਰੁਪਏ ਦੀ ਸੇਲ ਦੇ ਵਿੱਚ ਵਿਕਦੇ ਨੇ। ਆਲੂ ਪਿਲਰਾਂ ਦੇ ਵਿੱਚ ਕਾਫੀ ਵਰਾਇਟੀ ਆਉਂਦੀ, ਇਹ ਕੀ ਆਉਂਦਾ ਨੇ, ਇਸ ਵਿੱਚ 3-4 ਆਪਸ਼ਨ ਨੇ, ਇਹ ਬਾਜ਼ਾਰ 250 ਦੀ ਸੇਲ ਦੇ ਵਿੱਚ ਵਿਕਦੇ, ਇਹ ਤੁਹਾਨੂੰ ਮਿਲ ਗਏ ਸੀ 130 ਰੁਪਏ ਦਾ ਹੋਲਸੇਲ ਰੇਟ ਦੇ ਵਿੱਚ, ਕਾਫੀ ਅੱਛਾ ਬਣਾ ਹੋਇਆ ਸਟੀਲ ਦੇ ਵਿੱਚ। ਉਸ ਤੋਂ ਬਾਅਦ ਇਹ ਕਾਲੂ ਪਿਲਰ ਆ ਗਏ ਇਸਨੇ, ਇਹ ਬਾਜ਼ਾਰ 300-350 ਦੀ ਸੇਲ ਦੇ ਵਿੱਚ ਵਿਕਦੇ, ਮੈਟਲ ਦੇ ਵਿੱਚ ਇਹ ਕਾਫੀ ਅੱਛਾ ਬਣਾ ਹੋਇਆ, ਕਲਰ ਇਹਨਾਂ ਵਿੱਚ ਮੌਜੂਦ ਹਨ, ਤੁਹਾਨੂੰ ਹੋਰ ਵੀ ਮਿਲ ਗਏ ਸਨ, ਇਹ ਤੁਹਾਨੂੰ ਮਿਲ ਸੀ 200 ਰੁਪਏ ਦਾ ਹੋਲਸੇਲ ਰੇਟ ਦੇ ਵਿੱਚ। ਅੱਛਾ ਜੀ, ਉਸ ਤੋਂ ਬਾਅਦ ਇੱਕ ਇਹ ਆਵੇ ਇਸਨੇ ਆਲੂ ਪਿਲਰ, ਇਹ ਤੁਹਾਨੂੰ ਮਿਲ ਸੀ 400-20 ਰੁਪਏ ਦਰਜਨ, ਇਹ ਬਾਜ਼ਾਰ 60 ਰੁਪਏ ਦੇ, 50 ਰੁਪਏ ਦੀ ਸੇਲ ਦੇ ਵਿੱਚ ਵਿਕਦੇ, ਇਹ ਬੜਾ ਅੱਛਾ ਬਣਾ ਹੋਇਆ। ਅੱਛਾ ਜੀ, ਉਸ ਤੋਂ ਬਾਅਦ ਆਵੇ ਸੀ ਛੁਰੀ, ਹੈ ਕਾਫੀ ਵੱਡੀ ਛੁਰੀ ਹੈ, ਜਿਵੇਂ ਇੱਕ ਮੈਂ ਤੁਹਾਨੂੰ ਖੋਲ ਕੇ ਦਿਖਵਾਇਆ, ਇਹ ਬਾਜ਼ਾਰ 200-250 ਦੀ ਸੇਲ ਦੇ ਵਿੱਚ ਵਿਕਦੀ ਹੈ, ਇਹ ਤੁਹਾਨੂੰ ਮਿਲ ਗਈ ਸੀ ਸਿਰਫ ਔਰ ਸਿਰਫ 150 ਰੁਪਏ ਦੀ, ਇੱਕ ਮੈਂ ਤੁਹਾਨੂੰ ਖੋਲ ਕੇ ਦਿਖਵਾ ਰਿਹਾ, ਇਹ ਦੇਖ ਸੋ, ਇਹ ਕਾਫੀ ਵੱਡਾ ਪੀਸ ਹੈ, ਇਹ ਬਾਜ਼ਾਰ 200-250 ਦੀ ਸੇਲ ਦੇ ਵਿੱਚ ਵਿਕਦੇ ਸਟੀਲ ਦੇ ਵਿੱਚ, ਇਹ ਤੁਹਾਨੂੰ ਮਿਲ ਗਈ ਸੀ 150 ਰੁਪਏ ਦੀ ਹੋਲਸੇਲ ਰੇਟ ਦੇ ਵਿੱਚ, ਕਲਰ ਇਹਨਾਂ ਦੇ ਵਿੱਚ ਮੌਜੂਦ ਨੇ, ਤੁਹਾਨੂੰ ਮਿਲ ਗਏ ਸਨ। ਅੱਛਾ ਜੀ, ਉਸ ਤੋਂ ਬਾਅਦ ਇਹ ਦੇਖ ਗਿਨੋ, ਇਹ ਪਕੌੜਾ ਛਾਣੀ ਹੈ, ਇਹ ਅੱਗੋਂ ਰੋਜ਼ੇ ਆਉਂਦੇ ਪਏ, ਰੋਜ਼ਾਂ ਦੇ ਵਿੱਚ ਕਾਫੀ ਜ਼ਰੂਰਤ ਆਉਣੀ ਇਹਨਾਂ ਆਈਟਮਾਂ ਦੀ, ਜਿਹੜੇ ਤੁਹਾਨੂੰ ਮੈਂ ਕਹਿੰਦਾ ਪਿਆ, ਵੈਸੇ ਸਰਦੀਆਂ ਦੇ ਵਿੱਚ ਪਕੌੜੇ ਬਹੁ ਬਣਦੇ ਨੇ।
ਇਹ ਬਾਜ਼ਾਰ ਜਿਹੜਾ ਨਾ 150 ਦੀ ਸੇਲ ਦੇ ਵਿੱਚ ਮਿਲਦੀ ਹੈ, 150 ਤੇ 200 ਦੀ ਸੇਲ ਦੇ ਵਿੱਚ ਇਹ ਤੁਹਾਨੂੰ ਮਿਲ ਗਏ ਸੀ 120 ਰੁਪਏ ਦਾ ਪੀਸ ਹੋਲਸੇਲ ਰੇਟ ਦੇ ਵਿੱਚ। ਉਸ ਤੋਂ ਬਾਅਦ ਇਹ ਦੇਖ ਗਏ ਨਾ, ਇਹ ਕਾਫੀ ਅੱਛੀ ਬਣੀ ਹੋਈ ਹੈ, ਵਧਾ ਪੀਸ ਹੈ। ਇਹ ਬਾਜ਼ਾਰ 450 ਇਤਨੇ ਦਾ ਵਿਕਦਾ ਹੈ, ਇਹ ਤੁਹਾਨੂੰ ਹੋਲਸੇਲ ਰੇਟ ਦੇ ਵਿੱਚ ਮਿਲ ਗਏ ਸੀ ਸਿਰਫ ਔਰ ਸਿਰਫ 350 ਰੁਪਏ ਦਾ। ਕਾਫੀ ਅੱਛੀ ਬਣੀ ਹੋਈ ਹੈ ਤੇ ਵਧੀ ਹੈ, 350 ਦਾ ਮਿਲ ਗਏ ਸੀ, ਇਹ ਬਾਜ਼ਾਰ ਦੇ ਰੇਟ 550 450 ਇਤਨੇ ਦਾ ਵਿਕਦਾ ਹੈ। ਅੱਛਾ ਜੀ, ਉਸ ਤੋਂ ਬਾਅਦ ਪ੍ਰੋਫੈਸ਼ਨਲ ਛਾਣੀ ਆਵੇ ਸੀ ਇਹ ਹੈ। ਇਹ ਜਿਹੜਾ ਨਾ ਤੁਸਾਂ ਘਰ ਗਿਣ, ਇਹ ਇੱਕ ਦਫਾ ਗਿਣ ਕੇ ਤੇ ਭੁੱਲ ਬਣੋ, ਇਹ ਐਸੀ ਸ਼ੈ ਹੈ, ਕਾਫੀ ਅੱਛੀ ਬਣੀ ਹੋਈ ਹੈ। ਇਹਨਾਂ ਦੇ ਵਿੱਚ ਦੋ ਸਾਈਜ਼ ਮੌਜੂਦ ਹਨ, ਇਹ 20 ਨੰਬਰ ਨੇ, ਇਸ 22 ਨੰਬਰ, ਇਹ ਉਹੀ ਮੈਂ ਤੁਹਾਨੂੰ ਕਹਿਣਾ। ਇਹ ਬਾਜ਼ਾਰ 600 700 500 ਇਤਨੇ ਦੀ ਵਿਕਦੀ ਹੈ, 650 750 ਇਤਨੇ ਦੀ ਵਿਕਦੀ ਹੈ। ਅਸਾਂ ਤੁਹਾਡੇ ਸਾਹ 450 ਰੁਪਏ ਦੀ ਹੋਲਸੇਲ ਰੇਟ ਦੇ ਵਿੱਚ, ਇਹ ਇੱਕ ਦਫਾ ਖਰਚਾ ਕਰਨ ਨੇ, ਕਾਫੀ ਅੱਛੀ ਬਣੀ ਹੋਈ ਹੈ। ਅੱਛਾ ਜੀ, ਉਸ ਤੋਂ ਬਾਅਦ ਇਹ ਉਸ ਨਾਲ ਵਧੀਆ ਆਵੇ ਸੀ ਇਹ ਬਾਜ਼ਾਰ ਜਿਹੜਾ ਨਾ ਥੋੜਾ ਕੁਝ 19-20 ਦਾ ਫਰਕ ਹੈ। ਇਹ ਤੁਹਾਨੂੰ ਮਿਲ ਸੀ 500 ਰੁਪਏ ਦੀ, ਉਹ 450 ਦੀ ਆਈ ਇਹ, ਲੇਕਿਨ ਬਾਜ਼ਾਰ ਤੁਹਾਨੂੰ ਇਹ 700 650 ਇਤਨੇ ਦੀ ਮਿਲ ਸੀ, ਇਸ ਤੋਂ ਘੱਟ ਨਾ ਮਿਲ ਸੀ। ਕਾਫੀ ਅੱਛੀ ਬਣੀ ਹੋਈ ਹੈ ਤੇ ਇਹ ਇਹ ਪ੍ਰੋਫੈਸ਼ਨਲ ਯੂਜ਼ ਚੀਜ਼ਾਂ ਨੇ। ਅੱਛਾ ਜੀ, ਕੋਈ ਦੋ ਤਰ੍ਹਾਂ ਆਈਟਮ ਬੈਕਿੰਗ ਵਾਲੇ ਮੌਜੂਦ ਨੇ, ਉਹ ਵੀ ਮੈਂ ਤੁਹਾਨੂੰ ਦਿਖਾ ਰਿਹਾ ਜੀ। ਇਹ ਕਟਰ ਹੈ, ਇਹ ਮੁਖਤਲਿਫ ਸ਼ੇਪ ਦੇਣ ਵਾਸਤੇ, ਬਿਸਕਿਟ ਬਣਾਉਣ ਵਾਸਤੇ, ਕਬਾਬ ਦੀ ਕੋਈ ਟਿੱਕੀ ਬਣਾਉਣ ਵਾਸਤੇ। ਇਹ ਤੁਹਾਨੂੰ ਮਿਲ ਗਏ ਸੀ 230 ਰੁਪਏ ਦਾ ਹੋਲਸੇਲ ਰੇਟ ਵਿੱਚ, ਇਹ ਬਾਜ਼ਾਰ 350 ਇਤਨੇ ਤੋਂ ਘੱਟ ਨਹੀਂ ਵਿਕਦਾ। ਇਹ ਇਹ ਤੁਸੀਂ ਦਰਾਜ ਤੇ ਸਰਚ ਕਰੋ, 500 550 450 ਇਤਨੇ ਦਾ ਵਿਕਦਾ ਪਈ ਹੈ ਦਰਾਜ ਤੇ। ਉਸ ਤੋਂ ਬਾਅਦ ਇਹ ਆਵੇ ਨੇ ਕੱਪ ਕੇਕ, ਇਹ ਹਨ ਡਿਸਪੋਜ਼ੇਬਲ ਨਾ, ਇਹ 100 ਪੀਸ ਦਾ ਪੈਕਟ, ਇਹ ਤੁਹਾਨੂੰ ਮਿਲ ਗਏ ਸੀ 200 ਰੁਪਏ ਦਾ। ਇਹ ਬਾਜ਼ਾਰ 300 350 ਦੀ ਸੇਲ ਵਿੱਚ ਵਿਕਦੇ, ਇਸ 100 ਪੀਸ ਹਨ, ਕਲਰ ਇਹਨਾਂ ਦੇ ਵਿੱਚ ਡਿਫਰੈਂਟ ਤੁਹਾਨੂੰ ਮਿਲ ਗਏ। ਇਹ ਜਿਹੜੇ ਨੇ ਬਾਜ਼ਾਰ 200 250 ਇਤਨੇ ਦਾ ਵਿਕਦੇ, ਇਹ ਤੁਹਾਨੂੰ ਮਿਲ ਗਏ ਸੀ 150 ਰੁਪਏ ਦਾ ਪੈਕਟ, 2 ਪੀਸ ਹਨ, ਕਾਫੀ ਅੱਛਾ ਬਣਾ ਹੋਇਆ। ਅੱਛਾ ਜੀ, ਸਾਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਰੋ, ਵੀਡੀਓ ਨੂੰ ਲਾਈਕ ਕੀਤਾ ਕਰੋ, ਸ਼ੇਅਰ ਕੀਤਾ ਕਰੋ, ਕਮੈਂਟ ਵੀ ਕੀਤਾ ਕਰੋ। ਖੁਦਾ ਹਾਫਿਜ਼।